ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂਮੋੜ ਕਾਫੀ ਬੱਚਿਆਂ ਦਾ ਸਵਾਲ ਆ ਰਹਿ ਗਿਆ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜੋਬ ਰਿਕਰੂਟਮੈਂਟ ਦੀ ਅਨਾਉਂਸਮੈਂਟ ਹੋਈ ਸੀ ਉਸ ਦਾ ਸਿਲੈਕਸ਼ਨ ਪ੍ਰੋਸੈਸ ਕੀ ਰਹੇਗਾ ਤੇ ਸਿਲੇਬਸ ਕੀ ਹੋਵੇਗਾ ਦੇਖੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਸਿਲੈਕਸ਼ਨ ਪ੍ਰੋਸੈਸ ਦੀ ਸਭ ਤੋਂ ਪਹਿਲਾਂ ਕੀ ਇੱਥੇ ਜਿਹਨੇ ਮੈਂਸ਼ਨ ਕੀਤਾ ਹੋਇਆ ਆਨਲਾਈਨ ਰਿਟਰਨ ਐਗਜ਼ਾਮੀਨੇਸ਼ਨ ਹੋਵੇਗਾ ਕੰਪਿਊਟਰ 베ਸਡ ਯਾਨੀ ਸੀਪੀਟੀ ਹੋਵੇਗਾ ਸੀਪੀਟੀ ਕਿਵੇਂ ਹੁੰਦਾ ਜੇ ਤੁਸੀਂ ਕਦੇ ਅਸਲ ਕੋਈ ਐਗਜ਼ਾਮ ਨਹੀਂ ਦਿੱਤਾ ਕੋਈ ਵੀ ਗਵਰਨਮੈਂਟ ਐਗਜ਼ਾਮ ਨਹੀਂ ਦਿੱਤਾ ਇਸ ਵੀਡੀਓ ਦੇ ਐਂਡ ਸਕ੍ਰੀਨ ਤੇ ਮੈਂ ਤੁਹਾਨੂੰ ਇੱਕ ਵੀਡੀਓ ਦਾ ਲਿੰਕ ਦੇ ਦੇਗਾ ਉਸ ਵਿੱਚ ਜਾ ਕੇ ਚੈੱਕ ਕਰ ਲਿਓ ਕਿ ਸੀਪੀਟੀ ਯਾਨੀ ਕੰਪਿਊਟਰ ਬੇਸਡ ਟੈਸਟ ਦੀ ਕੀ ਫਾਰਮੈਲਿਟੀਜ਼ ਹੁੰਦੀ ਨੇ ਕੀ ਕੀ ਡਿਟੇਲ ਹੁੰਦੀ ਹੈ ਮਤਲਬ ਕਿ ਪੂਰਾ ਪ੍ਰਕਿਰਿਆ ਤੁਹਾਨੂੰ ਸਮਝਾਇਆ ਹੋਇਆ ਹੈ ਕਿ ਕੰਪਿਊਟਰ ਬੇਸਡ ਟੈਸਟ ਕਿਵੇਂ ਦਿੰਦੇ ਨੇ ਠੀਕ ਹੈ ਇਸ ਤੋਂ ਬਾਅਦ ਆਪਾਂ ਹੋਰ ਗੱਲ ਕਰੀਏ ਸਿਲੇਬਸ ਬਾਰੇ ਗੱਲ ਕਰੀਏ ਠੀਕ ਹੈ ਤੇ ਇਹ ਸੀਬੀਟੀ ਫਰਸਟ ਸਟੈਪ ਹੈ ਉਸ ਤੋਂ ਬਾਅਦ ਉਸ ਵਿੱਚ ਕੀ ਸਿਲੇਬਸ ਹੋਵੇਗਾ 2 ਘੰਟੇ ਦਾ ਟਾਈਮ ਤੁਹਾਡੇ ਕੋਲ ਹੋਵੇਗਾ ਠੀਕ ਹੈ ਜਿਸ ਵਿੱਚ ਜਨਰਲ ਨੋਲੇਜ ਅਬਜੈਕਟਿਵ ਟਾਈਪ ਕੁਐਸਚਨ ਹੋਣਗੇ ਤੇ ਇੰਗਲਿਸ਼ ਕੰਪਰਹੇਸ਼ਨ ਦੇ ਜਿਹੜੇ ਸਬਜੈਕਟਿਵ ਐਸੇ ਲੈਟਰ ਤੇ ਪੈਰਾਸੀਸ ਟਰਾਂਸਲੇਸ਼ਨ ਹੋਣਗੀਆਂ ਠੀਕ ਹੈ ਤੇ ਜਿਹੜਾ ਜਨਰਲ ਨੋਲੇਜ ਦਾ ਪਾਰਟ ਹੋਵੇਗਾ ਉਹ 70 ਨੰਬਰਾਂ ਦਾ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਆ ਤੇ ਇੰਗਲਿਸ਼ 3 ਨੰਬਰਾਂ ਦੀ ਹੋਵੇਗੀ ਟੋਟਲ ਜਿਹੜਾ ਪੇਪਰ ਹੋਵੇਗਾ ਇਹ 100 ਨੰਬਰਾਂ ਦਾ ਹੋਵੇਗਾ ਠੀਕ ਹੈ ਸਭ ਤੋਂ ਪਹਿਲਾ ਸਵਾਲ ਇਹ ਆ ਰਿਹਾ ਹੈ ਕਿ ਇਸ ਐਗਜ਼ਾਮ ਦੇ ਵਾਸਤੇ ਬੈਸਟ ਬੁੱਕ ਕਿਹੜੀ ਹੈ ਤਾਂ ਜਿਹੜੀ ਬੈਸਟ ਬੁੱਕ ਹੈ ਉਸ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਜਾਕਿ ਤੁਸੀਂ Amazon ਤੋਂ ਕੈਸ਼ ਔਨ ਡਿਲੀਵਰੀ ਤੇ ਇਹ ਬੁੱਕ ਆਰਡਰ ਕਰ ਸਕਦੇ ਹੋ ਬੁੱਕ ਇਹ ਤੁਹਾਨੂੰ ਪੰਜਾਬੀ ਵਿੱਚ ਵੀ ਮਿਲ ਜੂ ਇੰਗਲਿਸ਼ ਵਿੱਚ ਵੀ ਮਿਲ ਜੂ ਜਿਹੜੀ ਭਾਸ਼ਾ ਹੋਵੇ ਤੁਸੀਂ ਕੰਫਰਟੇਬਲ ਉਹ ਬੁੱਕ ਆਰਡਰ ਕਰਕੇ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਕਰ ਸਕਦੇ ਹੋ ਇਸ ਤੋਂ ਬਾਅਦ ਕਈ ਬੱਚਿਆਂ ਦਾ ਸਵਾਲ ਹੈ ਕਿ ਸਰ ਇਸ ਐਗਜ਼ਾਮ ਵਿੱਚ ਇਹ 네ਗੇਟਿਵ ਮਾਰਕਿੰਗ ਹੋਵੇਗੀ ਜਾਂ ਨਹੀਂ ਇੱਥੇ ਇਹਨਾਂ ਨੇ ਸਾਫ਼-ਸਾਫ਼ ਮੈਂਸ਼ਨ ਕੀਤਾ ਹੋਇਆ ਹੈ ਕਿ 1/4 네ਗੇਟਿਵ ਮਾਰਕਿੰਗ ਹੈ ਠੀਕ ਹੈ 1/4 ਦਾ ਕੀ ਮਤਲਬ ਜੇ ਤੁਹਾਡੇ 4 ਸਵਾਲ ਗਲਤ ਹੈ ਜੇ ਇਹਨਾਂ ਜਿਹੜੇ ਵੀ ਸਿਲੇਬਸ ਵਿੱਚੋਂ ਕੁਐਸਚਨ ਵਿੱਚੋਂ ਕੁਐਸਚਨਸ ਆਉਣਗੇ ਜੇ ਤੁਹਾਡੇ 4 ਕੁਐਸਚਨ ਗਲਤ ਹੋਗੇ ਤਾਂ ਤੁਹਾਡਾ 1 ਨੰਬਰ ਮਾਈਨਸ ਹੋ ਜਾਏਗਾ ਕੱਟਿਆ ਜਾਵੇਗਾ ਠੀਕ ਹੈ ਇਹ ਗੱਲ ਯਾਦ ਰੱਖਿਓ ਤਾਂ ਕਰਕੇ ਹਮੇਸ਼ਾ ਜੋ ਵੀ ਕੋਈ ਗਵਰਨਮੈਂਟ ਐਗਜ਼ਾਮ ਦਿਓ ਉਸ ਵਿੱਚ ਜੇ ਤੁਹਾਨੂੰ ਨਹੀਂ ਆਉਂਦਾ ਤਾਂ ਤੁੱਕਾ ਨਾ ਲਗਾਓ ਉਸ ਨੂੰ ਛੱਡ ਦਿਓ ਕੋਈ ਦਿੱਕਤ ਨਹੀਂ ਦਿੰਦੇ ਹੋ ਛੱਡਿਆ ਹੋਇਆ ਸਵਾਲ ਜ਼ਿਆਦਾ ਦੇਖਿਆ ਤੇ ਨਹੀਂ ਬਟ ਗਲਤ ਕੀਤਾ ਹੋਇਆ ਸਵਾਲ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਦੇ ਜਿੰਦੀ ਆ ਇਸ ਤੋਂ ਇਲਾਵਾ ਜਿਹੜਾ ਇਹ ਐਗਜ਼ਾਮ ਹੋਵੇਗਾ ਕਾਫੀ ਬੱਚੇ ਕੁਐਸਚਨ ਪੁੱਛ ਰਹੇ ਨੇ ਕਿ ਜਿਹੜਾ ਇਹ ਐਗਜ਼ਾਮ ਹੋਵੇਗਾ ਇਹ ਕਿਹੜੀ ਲੈਂਗੁਏਜ ਵਿੱਚ ਹੋਵੇਗਾ ਦੋਸਤੋ ਇੰਗਲਿਸ਼ ਤੇ ਪੰਜਾਬੀ ਠੀਕ ਹੈ ਇੰਗਲਿਸ਼ ਤੇ ਪੰਜਾਬੀ ਦੋਨੇ ਲੈਂਗੁਏਜ ਵਿੱਚ ਜਿਹੜਾ ਕਿ ਪੇਪਰ ਆਵੇਗਾ ਜਿਹੜੇ ਵਿੱਚ ਤੁਸੀਂ ਕੰਫਰਟੇਬਲ ਹੋ ਉਹ ਲੈਂਗੁਏਜ ਤੁਸੀਂ ਚੂਜ਼ ਕਰਕੇ ਕੁਐਸਚਨ ਨੂੰ ਪੜ੍ਹ ਕੇ ਫਿਰ ਆਨਸਰ ਦੇ ਸਕਦੇ ਹੋ ओके ਹੋਰ ਕੋਈ ਸਵਾਲ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਡਾ ਰਿਪਲਾਈ ਜਰੂਰ ਕਰ ਦਾਂਗਾ ਐਂਜ ਕਲਾਸਿਸ ਤੁਸੀਂ ਮੇਰੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਵੀ ਵੀਡੀਓ ਵਿੱਚ ਕਲਾਸਿਸ ਲਿਖ ਕੇ ਕਮੈਂਟ ਜਰੂਰ ਕਰ ਦਿਓ ਓਕੇ